ਫਰਕ ਬੰਦਾ ਉਹਦਾ ਕਰਦਾ ਪਰ ਜੇ ਬਾਈ ਨੂੰ ਕਦੇ ਮਾਨ ਸਾਹਿਬ ਨੇ ਵੋਟਾਂ ਜਿਤਾਇਆ ਹੁੰਦਾ ਬਈ ਆਹ ਕੰਮ ਹੁੰਦੀ ਨਹੀਂ ਹੁੰਦਾ ਅੱਜ ਦੇਖੋ ਆਪਾਂ ਇੱਕ ਸੱਚ ਬੋਲਦੇ ਹਾਂ ਆਪਾਂ ਨੂੰ ਪਤਾ ਮੇਰੀ ਵੀਡੀਓ ਤੁਸੀਂ ਸੁਣ ਜਾਣਾ ਚਾਹੋ ਪਰ ਜੇ ਮਾਨ ਸਾਹਿਬ ਨੇ ਉਹਦੇ ਜਿਤਾਇਆ ਹੁੰਦਾ ਨਾ ਕਦਰ ਪਾਈ ਹੁੰਦੀ ਉਹ ਬੰਦੇ ਦੀ ਬਾਈਕਰ ਨੂੰ ਵੀ ਬਹੁਤ ਕੁਝ ਕਰਦਾ ਜੀ ਬਾਈ ਮਾਨ ਬਾਈਕਰ ਹੋ ਜਾਣਾ ਕੈਲੀਫੋਰਨੀਆ ਉਹ ਬਿਜੇ ਸਿੰਘ ਦਾ ਭਾਸ਼ਣ ਵੀ ਸਹੀ ਦਿੰਦਾ ਬਾਈ ਕਹਿੰਦਾ ਤੁਸੀਂ ਲੋਕ ਕੀ ਮੰਗਦੇ ਹੋ ਸਾਨੂੰ ਭਾਰਤ ਕੀ ਦੇ ਦੋ ਜੀ ਇੱਥੇ ਤੱਕ ਅਸੀਂ ਉਹ ਭਾਈ ਭਾਈ ਇਹੀ ਭਾਸ਼ਣ ਕਰਦਾ ਸੀ ਬੜੇ ਲੋਕ ਦੇ ਰਹੇ ਵੀ ਬਾਈ ਆਪਣੇ ਖਿਲਾਫ ਹੁੰਦੇ ਲੋਕ ਹੋਰ ਦਿਲੇ ਬਾਈ ਫਿਰ ਠੀਕ ਠਾਕ ਹੋ ਵਧੀਆ ਕਿਰਪਾ ਬਰਾ ਜਮਾ ਪਰਮਾਤਮਾ ਦੀ ਬਸ ਲਾਈ ਜਾਂਦੇ ਵਿੱਚ ਆਉਂਦੇ ਰਹੇ ਝੋਨਾ ਤਿਆਰੀ ਹੈ ਬਿਲਕੁਲ ਬੰਦੇ ਵੱਟ ਫਿਰ ਸਾਹਮਣੇ ਮਗਰ ਪੱਟੀ ਹੁੰਦੇ ਆ ਤੇ ਲੈ ਰੂਟ ਫਿਰ ਲੈਟ 23 ਤਰੀਕ ਤੱਕ ਤਾਂ ਪੂਰੀ ਦੇਣਗੇ ਵੋਟਾਂ ਆਈਆਂ ਸੰਗਰੂਰ ਚ ਤੇ ਉਦੋਂ ਬਾਅਦ ਤਦ ਉਹੀ ਤੈਨੂੰ ਪਤਾ ਫਿਰ ਉਹੀ ਕੰਮ ਰਹੂ ਦੁਆਰੇ ਇਹ ਗਰੰਟੀ ਆ 2 ਘੰਟੇ ਆ ਗਏ ਨਹੀਂ ਚਲੋ 8 ਦੇ ਦੇਣ 8 ਦੇ ਦੇਣ ਪੂਰੀ ਦੇ ਦੇਣਾ ਪਤਾ ਕਹਿੰਦੇ ਆ ਜਦੋਂ ਬਹੁਤ ਆ ਪਰ ਜਿਹੜੀ ਗੱਲ ਆ ਵੀ ਹੁਣ 23 ਤਰੀਕ ਤੱਕ ਹੀ ਇਹ ਉਹ ਕਰਨਗੇ ਵੋਟਾਂ ਨਾ ਅੱਜ ਤਾਂ ਕੇਜਰੀਵਾਲ ਵੀ ਕਹਿੰਦੇ ਉੱਥੇ ਆਇਆ ਫਿਰਦਾ ਉਹ ਵੀ ਰਡਾਟ ਪਿਆ ਪਿਆ ਝੋਟੀ ਰਡਾਟ ਕਿਉਂਕਿ ਹਾਰਦੇ ਦਿਸਦੇ ਉਹ ਸਹੀ ਗੱਲ ਬਾਈ ਤੇ ਬਾਈ ਲੋਹੇ ਨਾਲ ਪ੍ਰੇਮ ਬਹੁਤ ਆ ਹਨਾ ਆਪਣਾ ਤੇ ਥੋੜੇ ਤੇ ਇੱਕ ਗੱਲ ਢੋਕਦੀ ਹੈ ਖੇਤੀਬਾੜੀ ਕਿੱਦਾਂ ਮੁੰਡਾ ਸ਼ੌਂਕ ਨਾਲ ਕਰੇ ਕਿੱਤੀ ਬਾਪਰਾ ਛੋਟੇ ਹੁੰਦੇ ਕੰਮ 'ਚ ਪੈ ਗਏ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਆ ਇਹ ਖੂਨ 'ਚ ਹੁੰਦਾ ਬਿਲਕੁਲ ਪਹਿਲਾਂ ਆਪਣੇ ਫਾਦਰ ਸਾਹਿਬ ਨੂੰ ਸ਼ੌਂਕ ਸੀ ਆ ਟਰੈਕਟਰ ਦਾ ਮਸ਼ੀਨ ਦਾ ਬਿਲਕੁਲ ਖੇਤੀ ਦਾ ਫਿਰ ਇਹ ਖੂਨ 'ਚ ਤੈਨੂੰ ਪਤਾ ਵੀ ਗਾਹਾਂ ਆ ਜਾਂਦਾ ਹੁੰਦਾ ਤੇ ਹੁਣ ਆਪਾਂ ਨੂੰ ਵੀ ਆ ਚਲੋ ਵਧੀਆ ਜਿੰਨੀ ਵੀ ਕਰਦੇ ਆ ਆਪਦੀ ਸ਼ੌਂਕ ਨਾਲ ਖੇਤੀ ਕਰਨਾ ਇਹ ਨਹੀਂ ਹੈਗਾ ਵੀ ਲੱਲ ਪੱਲ ਕੰਮ ਕਰਤਾ ਕੰਮ ਸਾਰਾ ਸ਼ੌਂਕ ਨਾਲ ਕਰੀਦਾ ਬਾਕੀ ਇੱਥੇ ਦੇਖ ਹੀ ਲੈ ਤੂੰ ਬੱਟਲਾਂ ਦੇ ਕਿੰਨਾ ਕੁ ਖੱਬੜਾ ਜਾਂ ਕੋਠੇ ਕੋਲੇ ਕੀ ਹੈ ਮੈਂ ਕਹਿੰਦਾ ਵੀ ਘੱਟ ਕਰ ਲਓ ਜਿੱਥੇ ਆਪਾਂ 20 ਕਿੱਲੇ ਕਰਨੇ ਉੱਥੇ 18 ਕਰ ਲਓ 18 ਦੇ ਬਜਾਏ 15 ਕਰ ਲਓ ਪਰ ਸ਼ੌਂਕ ਨਾ ਕਰੋ ਇਹ ਨਾ ਹੋਵੇ ਵੀ ਕਰਮ ਕਰਮ ਚ ਖੱਬਲ ਖੜਾ ਹੋਵੇ ਤੇ ਮੁੰਡਾ ਜੀਨ ਪਾ ਕੇ ਸ਼ਹਿਰਾਂ ਚ ਘੁੰਮਦਾ ਫਿਰਦਾ ਹੋਵੇ ਸਹੀ ਗੱਲ ਤੇ ਬਈ ਆਪਾਂ ਹੁਣ ਗੱਲ ਕਰੀਏ ਆਪਣੀ ਅੱਗੇ ਤੇ ਟਰੈਕਟਰਾਂ ਦੇ ਸ਼ੇਅਰ ਬਾਈ ਬਹੁਤ ਲਿਖੇ ਆ ਹਨਾ ਤੇ ਲਿਖਣ ਦਾ ਸ਼ੌਂਕ ਫਿਰ ਕਿੱਧਰੋਂ ਆ ਗਿਆ ਬਾਈ ਬਾਈ ਜੀ ਆਪਣਾ ਇੱਕ ਅੱਜ ਤੱਕ ਰਿਕਾਰਡ ਰਿਹਾ ਹੈਗਾ ਆਪਾਂ ਕਦੇ ਸ਼ੇਅਰ ਨਹੀਂ ਲਿਖਿਆ ਆਪਾਂ ਇੱਥੇ ਬੈਠੇ ਮੋਟਰ ਤੇ ਆਪਾਂ ਨਾ ਹੀ ਕਦੇ ਇਹ ਆ ਵੀ ਆਪਾਂ ਪਹਿਲਾਂ ਬਾਲ ਸੈੱਟ ਕਰਿਆ ਜਾਂ ਮੁੱਛਾਂ ਚੜਾਈਆਂ ਜਾਂ ਕਰੀਆਂ ਆਪਾਂ ਆਹ ਕੰਮ ਨਹੀਂ ਕਦੇ ਕਰੇ ਏਦਾਂ ਬੈਠੇ ਜਿਹੜੇ ਕੱਪੜਿਆਂ 'ਚ ਪਾਉਂ ਪਾਟੇ ਪਾਇਆ ਪਾਟਿਆਂ 'ਚ ਬੈਠੇ ਨੇ ਵੀਡੀਓ ਪਾ ਦੇਣੀ ਆ ਅੱਜ ਤੱਕ ਕਦੇ ਸ਼ੇਅਰ ਫੋਨ 'ਚ ਨਹੀਂ ਲਿਖਿਆ ਤੇ ਕਾਪੀ 'ਚ ਨਹੀਂ ਲਿਖਿਆ ਦਿਮਾਗ 'ਚ ਆ ਗਿਆ ਉਹੀ ਬੋਲਤਾ ਜਿਹੜਾ ਸ਼ੇਅਰ ਹੁਣ ਬੋਲਤਾ 5 ਮਿੰਟਾਂ ਬਾਅਦ ਆਪਣੇ ਯਾਦ ਨਹੀਂ ਵੀ ਆਪਾਂ ਕਿਹੜਾ ਭੁੱਲ ਗਏ ਅੱਛਾ ਬਾਈ ਕਮਾਲ ਦੀ ਗੱਲ ਆ ਬਾਈ ਮੈਂ ਹੁਣ 4 ਲੈਣਾ ਜੋੜ ਲਈਆਂ ਨਾ ਮੈਂ 4 ਲੈਣਾ ਬੋਲ ਲਈਆਂ ਕੈਮਰੇ 'ਚ ਜਦ ਮੈਂ ਰਿਕਾਰਡ ਮਾਰ ਕੇ ਰੱਖ ਲੈਣਾ ਮੇਰੇ ਯਾਦ ਰਹਿ ਜਾਂਦੀਆਂ ਜਿਵੇਂ ਹੁਣ ਇੱਕ ਬਣਾ ਲਿਆ ਮੈਂ 5 ਮਿੰਟਾਂ ਬਾਅਦ ਮੇਰੇ ਉਹ ਲੈਣੇ ਦੂਜੀ ਭੁੱਲ ਜੂ ਵੀ ਮੈਂ ਕਿਹੜੀ ਬੋਲੀ ਸੀ ਅੱਛਾ ਬਾਈ ਤੇ ਫਿਰ ਬਾਈ ਇੱਕ ਸ਼ੇਅਰ ਤਾਂ ਸੁਣਾਉ ਮਾੜਾ ਜਿਹਾ ਯਾਰ ਹੁਣ ਤਾਂ ਸਾਰੀ ਭੁੱਲੇ ਪਿਆ ਆਨਲਾਈਨ ਦਾ ਸੁਣਾ ਬਾਈ ਨਹੀਂ ਨਹੀਂ ਪਤਾ ਚੱਕ ਕਰਕੇ ਬਾਈ ਸਿੱਧੂ ਕਰਕੇ ਨਾ ਹੁਣ ਸ਼ਹਿਰ ਸ਼ੁਰ ਕੋਈ ਬੋਲ ਲੈਣੇ ਸਾਰੀ ਸ਼ਬਦ ਕਿਉਂਕਿ ਯਾਰ ਕੀ ਲੈ ਕੇ ਜਾਣਾ ਇੱਥੋਂ ਕਿਉਂ ਲੋਕਾਂ ਨਾਲ ਜੀਤੀ ਜਾਂਦੇ ਸ਼ਹਿਰਾਂ 'ਚ ਮੈਨੂੰ ਪਤਾ ਸ਼ਹਿਰ ਜਦੋਂ ਬੋਲ ਲੈਂਦੇ ਹਾਂ ਨਾ ਉਹ ਟਰੈਕਟਰਾਂ ਵਾਲੇ ਸਭ ਤੋਂ ਵੱਧ ਟਰੈਕਟਰਾਂ ਵਾਲੇ ਜਿਵੇਂ ਹਾਲੈਂਡ ਤੇ ਬੋਲਦੇ ਨੇ ਅਰਥਵਿੰਜ ਵਾਲੇ ਬੜਾ ਕੁਝ ਬੋਲਦੇ ਆ ਉੱਥੇ ਵੀ ਬੋਲਦੇ ਆ ਉਹ ਫਿਰ ਮੁੱਦਾ ਹੀ ਛੱਡਤਾ ਵੀ ਆਪਾਂ ਲੋਕਾਂ ਨਾਲ ਕੀ ਜਿਹਾ ਨਾ ਹੀ ਹੁਣ ਬਣਾਇਆ ਤੇ ਨਾ ਹੀ ਦਿਮਾਗ ਕਰਦਾ ਕਿਉਂਕਿ ਨਾ ਹੀ ਦਿਲ ਕਰਦਾ ਜੇ ਆਪਾਂ ਬੋਲੀਏ ਕਿਉਂਕਿ ਲੋਕਾਂ ਨੇ ਤਾਂ ਉਹ ਨਹੀਂ ਛੱਡਿਆ ਜਿਹੜਾ ਐਡਾ ਵੱਡਾ ਸਟਾਰ ਸੀਗਾ ਇਹ ਚੀਜ਼ਾਂ ਨੇ ਉਹਨੂੰ ਛੱਡ ਹੀ ਦਿੱਤਾ ਉਹ ਸਾਰੀ ਉਮਰ ਲੋਕਾਂ ਨੂੰ ਉਹਨੇ ਖੁਸ਼ ਕਰਨ ਦੀ ਟਪਾ ਦੀ ਇਹਦੇ 5 ਸਾਲ ਕੱਢੇ ਆ ਇੰਡਸਟਰੀ 'ਚ ਵੀ ਮੈਂ 5 ਸਾਲ ਖੁਸ਼ ਕਰਨ ਲੋਕਾਂ ਨੂੰ ਪਰ ਲੋਕ ਫਿਰ ਵੀ ਉਹ ਤੋਂ ਖੁਸ਼ ਨਹੀਂ ਹੋਏ ਬਾਈ ਦਾ ਸ਼ੋਅ ਲੱਗਣਾ ਸੀ 4 ਜੂਨ ਨੂੰ ਤੋਂ ਉਦੋਂ ਪਹਿਲਾਂ ਨਾ ਸਭ ਤੋਂ ਵੱਧ ਲੋਕ ਨਾ ਸਾਨੂੰ ਸਟੋਰੀਆਂ ਪਾਉਂਦੇ ਨੇ ਟੈਗ ਕਰ ਕਰ ਅੱਗੇ ਬਲੂ ਸਟਾਰ ਆਪਣਾ ਇਹ ਹੋਇਆ ਸੀ ਅੰਮ੍ਰਿਤਸਰ ਘੱਲੂ ਘਰ ਜਿਹੜਾ ਹੋਇਆ ਸੀ ਅੱਗੇ ਇਹ 4 ਜੂਨ ਨੂੰ ਇਹ ਬੰਦਾ ਨਚਾਰਾਂ ਵਾਂਗੂ ਨੱਚੂਗਾ ਕਿ ਅੰਮ੍ਰਿਤਸਰ ਆਹ ਕੰਮ ਹੋਇਆ ਹੋਇਆ ਹੈਗਾ ਠੀਕ ਹੈ ਨਾ ਮੇਰੇ ਉਹ ਭੇਜਾਂ ਵਾਲੇ ਦੇ ਨਾਂ ਵੀ ਯਾਦ ਨੇ ਜਿਹੜੇ ਸਾਨੂੰ ਟੈਗ ਕਰਕੇ ਸਟੋਰੀਆਂ ਪਾਉਂਦੇ ਸੀ ਵੀ ਇਹਨੂੰ ਸ਼ਰਮ ਨਹੀਂ ਫਲਾਣਾ ਨਹੀਂ ਜਿੱਦੇ ਬਾਈ ਦੀ ਡੈਥ ਹੋਈ ਹੈ ਨਾ ਉੱਤੇ ਉਹੀ ਭੇਜਾਂ ਵਾਲੇ ਇਹਦੇ ਨਾਲ ਬੁਰੇ ਹੁੰਦਾ ਠੀਕ ਹੈ ਨਾ ਜੀ ਇਹਦਾ ਕਰਕੇ ਵੀ ਛੱਡੋ ਪਰੇ ਯਾਰ ਕਿਉਂ ਲੋਕਾਂ ਦਾ ਮੱਥਾ ਮਾਰਨਾ ਆਪਾਂ ਆਪਦੀ ਖੇਤੀ ਕਰਦੇ ਆਪਾਂ ਨੂੰ ਕਿਉਂਕਿ ਅੱਜ ਤੱਕ ਐਦਾਂ ਵੀ ਯੂਟਿਊਬ ਨੇ ਜਾਂ ਸਾਨੂੰ ਕੋਈ ਸੋਰੀ ਇੰਸਟਾਗ੍ਰਾਮ ਨੇ ਜਾਂ ਸੋਸ਼ਲ ਮੀਡੀਆ ਸਾਨੂੰ ਕੋਈ ਰੁਪਈਆ ਦੇ ਦਿੱਤਾ ਘਰੀ ਤਾਂ ਆਪਦੀ ਖੇਤੀ ਆ ਇਹਦਾ ਇੱਕ ਸ਼ੌਂਕ ਕਮਾਈ ਤਾਂ ਆਪਦੀ ਇੱਧਰ ਹੀ ਆ ਕਮਾਈ ਤਾਂ ਆਪਦੀ ਖੇਤੀਬਾੜੀ ਸ਼ੌਂਕ ਦੇ ਤੰਦਰ ਇਹਦਾ ਕਰਕੇ ਉਹ ਸ਼ਹਿਰ ਬੋਲ ਨਹੀਂ ਛੱਡਦੇ ਵੀ ਛੱਡ ਪਰੇ ਕੀ ਬੋਲਣਾ ਕਿਉਂ ਮੈਂ ਨਾ 1700 ਵੀਡੀਓ ਪੋਸਟ ਕਰਤੀ ਸੀ 1800 ਚ 1500 ਸ਼ਹਿਰ ਬੋਲ ਕੇ ਪੋਸਟ ਕਰਤੀ ਟਿਕਟੌਕ ਤੇ 700-700 ਵੀਡੀਓ ਇੱਥੇ ਪਾਤੀ ਵੀ ਸ਼ਹਿਰ ਬੋਲ ਕੇ ਪਰ ਲੋਕਾਂ ਨੇ ਨੁਕਸ ਕੱਢਣਾ ਹੀ ਕੱਢਣਾ ਫਿਰ ਵੀ ਲੋਕਾਂ ਦਾ ਕਿਉਂ ਗਾਣਾ ਲੈਣੀ ਸਹੀ ਗੱਲ ਵੀ ਜਦੋਂ ਆਪਾਂ ਨੂੰ ਕਿਹੜਾ ਉੱਧਰ ਕਮਾਈ ਵੀ ਆਪਾਂ ਨੂੰ ਕਿਹੜਾ ਲਾਲਚ ਆ ਉੱਧਰ ਹਨਾ ਬਾਈ ਆਪਾਂ ਨੂੰ ਜੋ ਕੰਮ ਹੀ ਇਹ ਆਪਣਾ ਖੇਤੀ ਛੱਡੋ ਪਰੋ ਵੀ ਤੇ ਬਿੱਲੇ ਬਾਈ ਸਿੱਧੂ ਬਾਈ ਮੂਸੇਵਾਲੇ ਦੇ ਤੁਸੀਂ ਬਹੁਤ ਨਜ਼ਦੀਕ ਰਹੇ ਹੋ ਨਾ ਦਿਲ ਦੇ ਗਰੀਬ ਵੀ ਕਹਿ ਸਕਦੇ ਆ ਗੱਲਾਂ ਨਹੀਂ ਨਹੀਂ ਬੜੇ ਮੁਹੱਬਤ ਰਹੀ ਹੈ ਭਰਾ ਤੇ ਬਾਈ ਨਾਲ ਬਾਈ ਮੇਲ ਕਿਵੇਂ ਹੋਇਆ ਸੀ ਫਿਰ ਤੁਹਾਡਾ ਬਾਈ ਨੇ ਮੈਨੂੰ ਨਾ ਬਾਈ ਦਾ ਸ਼ੋਅ ਸੀ ਕੈਨੇਡਾ ਸੀ ਬਾਈ ਤੇ ਪਹਿਲੀ ਵਾਰ ਮੈਂ ਵੀਡੀਓ 'ਚ ਪਾਈ ਸੀ ਕੋਈ ਜੱਟ ਦੀ ਆਹ ਫਸਲ ਲੱਗੀ ਪਈ ਆ ਬਾਈ ਨੇ ਮੇਰੀ ਉਹ ਵੀਡੀਓ ਦੇਖੀ ਸੀ
ਬਠਿੰਡੇ ਰੁਕੀ ਆ ਤੇ ਚਲੋ ਇਹ ਆ ਗਿਆ ਬਾਈ ਮੈਨੂੰ ਪਹਿਲਾਂ ਤੋਂ ਜਾਣਦਾ ਸੀ ਕਿਉਂਕਿ ਟਿਕਟੋਕ ਤੇ ਮੈਂ ਵਾਇਰਲ ਮੈਂ ਹੋ ਚੁੱਕਿਆ ਸੀ ਤੇ ਨਾ ਆਪਣੇ ਨਾਲ ਯਾਰੀ ਦੋਸਤੀ ਮੁੰਡੇ ਸੀ ਵੱਡਾ ਬਾਈ ਕਹਿੰਦੇ ਆ ਉਸੇ ਤੋਂ ਉਹ ਬਾਈ ਨੇ ਗੀਤ ਵੀ ਗਿਆ ਕਹਿੰਦਾ ਗੱਡੀ ਵਿੱਚ ਤੇਰੇ ਕੌਣ ਹੁੰਦੇ ਆ ਬਾਈ ਚਾਚਾ ਤੇ ਬਾਪੂ ਸੋਹਣੀ ਉਹ ਬਾਈ ਸੀ ਤੇ ਉਹ ਬਾਈ ਆਪਣੇ ਕੋਲ ਇੱਥੇ ਆਉਂਦਾ ਸੀ ਮੋਹ ਪ੍ਰੇਮ ਸੀ ਬਾਈ ਨਾਲ ਆਪਣਾ ਤੇ ਉਹਦੇ ਥਰੂ ਆਪਾਂ ਮਿਲੇ ਸੀਗੇ ਪਹਿਲੀ ਵਾਰ ਮੈਂ ਮੁਲਾਕਾਤ ਮੇਰੀ ਹੋਈ ਸੀ ਮੇਰੇ ਸਾਲ ਵਿੱਚ ਜਨਵਰੀ 'ਚ ਹੋਈ ਸੀਗੀ ਅਠਾਰਾਂ 'ਚ ਅਠਾਰਾਂ 'ਚ ਹਾਂ ਜਨਵਰੀ ਉੱਥੋਂ ਮੇਰਾ ਵੱਧਦਾ ਵੱਧਦਾ ਅੱਜ ਤੱਕ ਬਹੁਤ ਵੱਧ ਗਿਆ ਸੀ ਜਦੋਂ ਲੋਕ ਬਾਈ ਤੋਂ ਸਾਰੇ ਪਿੱਛੇ ਹਟ ਗਏ ਜਦੋਂ ਗੁਰਦਾਰ ਦਾ ਥੱਪਾ ਦੇਤਾ ਲੋਕਾਂ ਨੇ ਵੋਟਾਂ ਮਿਲੇ ਉਸ ਟਾਈਮ ਤੁਸੀਂ ਖੜੇ ਹੋ ਉਸ ਟਾਈਮ ਨਾਲ ਖੜੇ ਆ ਬਾਈ ਦੇ ਬਿਲਕੁਲ ਬਾਈ ਇਹ ਗੱਲ 40 ਦਿਨ 40 ਦਿਨ ਆਪਾਂ ਵੋਟਾਂ ਵਿੱਚ ਕੰਮ ਕਰਿਆ ਗਾ ਠੀਕ ਹੈ ਨਾ ਇੱਕ ਜਿਹੜੇ ਮੁੰਡੇ ਦੇ ਗੋਲੀਆਂ ਵੱਜੀਆਂ ਨਾ ਨਾਲ ਗੁਰਵਿੰਦਰ ਸਿੰਘ ਜਿੰਦੀ ਉਹ ਬਾਈ ਤੇ ਅਸੀਂ ਦੋਵੇਂ ਇਕੱਠੇ ਹੁੰਦੇ ਸੀ ਤੇ ਲੋਕਾਂ ਨੇ ਤੇ ਉਹਨੂੰ ਬੜਾ ਖਿਤਾਬ ਦਿੱਤਾ ਇੱਕ ਫੁੱਟੇ ਜੀ ਦੀ ਵੀਡੀਓ ਵਾਇਰਲ ਹੋਈ ਸੀ ਉਹ ਮਾਂਗਰ ਬੈਠਾ ਫੋਨ ਕਰੀ ਜਾਂਦਾ ਮੈਂ ਇੰਟਰਵਿਊ 'ਚ ਇਹ ਦੱਸਣਾ ਚਾਹੁੰਦਾ ਉਹ ਲੋਕਾਂ ਨੂੰ ਉਹ ਬਾਈ ਨੇ ਫੋਨ ਘਰੇ ਕਰਿਆ ਸੀ ਕਿਉਂਕਿ ਬਾਈ ਜੀ ਆਪਾਂ ਕਿਤੇ ਮੋਟਰਸਾਈਕਲ ਤੋਂ ਡਿੱਗ ਪਈਏ ਨਾ ਸਭ ਤੋਂ ਪਹਿਲਾਂ ਆਪਾਂ ਘਰੇ ਫੋਨ ਕਰਾਂ ਵੀ ਮੈਂ ਡਿੱਗ ਪਿਆ ਮੈਨੂੰ ਚੱਕ ਲਓ ਆ ਕੇ ਚੱਕ ਲਓ ਤੇ ਉਹ ਬੁੜਾ ਇੱਕੋ ਜੀ ਤੁਸੀਂ ਨੋਟ ਕਰਿਆ ਵੀ ਐਡਾ ਕੋਈ ਤੂੰ ਸੀਬੀਆਈ ਵਾਲਾ ਨਹੀਂ ਵੀ ਤੂੰ ਨੋਟ ਕਰੇਗਾ ਹੁਣ ਸਾਰਾ ਕੁਝ ਮੂਹਰੇ ਆਉਂਦਾ ਵੀ ਕਿਹਨੇ ਰੈਕੀ ਕਰੀ ਬਾਈ ਦੇ ਨਾਲ ਵੀ ਬਾਈ ਹਾਂ ਬਾਈ ਜੀ ਉਦੋਂ ਚੁਣਵੇਂ ਬੰਦੀ ਨਾਲ ਖੜੇ ਸੀ ਜਿਹੜੇ ਅੱਜ ਬਾਈ ਦੇ ਨਾਲ ਬੜੇ ਸ਼ਹਿਰ ਬੋਲਦੇ ਆ ਬੜੇ ਮੋਹ ਪ੍ਰੇਮ 'ਚ ਲੋਕਾਂ ਦੀ ਵੀਡੀਓ ਪਾਉਂਦੇ ਆ ਵੀ ਆਹ ਬਿੱਲੇ ਉਹਦੇ ਐਂ ਕਰਦੇ ਆ ਫਲਾਨਾ ਕਰਦੇ ਆ ਬੜੇ ਨੇ ਬੜੇ ਨੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਵੀ ਉਦੋਂ ਕਿਦੋਂ ਸੀ ਜਦੋਂ ਵੋਟਾਂ 'ਚ ਤੁਸੀਂ ਕਿੱਥੇ ਸੀ ਉਦੋਂ ਉਦੋਂ ਤਾਂ ਸਾਲੇ ਮੇਰੇ ਸਟੋਰੀਆਂ ਪਾਉਂਦੇ ਸੀ ਇਹ ਐਂ ਹੋ ਗਿਆ ਫਲਾਨਾ ਹੋ ਗਿਆ ਕਾਂਗਰਸ 'ਚ ਐਂ ਰਲ ਗਿਆ ਬਾਈ ਨੇ ਗੀਤ ਦੇ ਵਿੱਚ ਮੂੰਹ ਬੰਦ ਕਰਿਆ ਗਾ ਕਹਿੰਦਾ ਪਹਿਲਾਂ 3 ਵਾਰੀ ਕਿਉਂ ਜਿਤਾਈ ਇੰਨੀ ਮਾੜੀ ਸੀਗੀ ਠੀਕ ਹੈ ਨਾ ਮੈਂ ਗੀਤ ਬਾਈ ਦੇ ਗਾਏ ਤਾਂ ਨਹੀਂ ਕਦੇ ਸਾਰੇ ਪਰ ਸੁਣਦੇ ਆਪਾਂ ਮੰਨ ਕੇ ਚਲੋ ਬਾਈ ਜੀ ਮੈਂ ਭਾਵੇਂ 300 ਕਿਲੋਮੀਟਰ ਗੱਡੀ 'ਚ ਕਰ ਜਾ ਇੱਕ ਪਾਸੇ ਪਰ ਸਿੱਧੂ ਤੋਂ ਬਿਨਾਂ ਕਦੇ ਗੀਤ ਨਹੀਂ ਸੁਣੀ ਕਿਉਂਕਿ ਮਰੇ ਦਾ ਮਾਲ ਕਰਨਾ ਆਪਣਾ ਨਹੀਂ ਹਰ ਇੱਕ ਆਪਦੀ ਕਮਾਈ ਖਾਂਦਾ ਗਾ ਚਲੋ ਜਿੱਥੇ ਐ ਵੀ 25,000 ਲੈਂਦਾ ਅਗਲਾ ਆਪਦੀ ਲਗਾਈ ਸਮਾਨ 15,000 ਦਾ ਉਹ ਲੈ ਲੂ ਅੱਜ ਬਾਈ ਹਰ ਇੱਕ ਪਾ ਕੇ 30 ਸਕਿੰਟਾਂ ਦੀ ਵੀਡੀਓ ਰੀਲ ਦੇ ਵਿੱਚ ਦੂਜੇ ਨੂੰ ਮਾੜਾ ਕਹਿਣ ਦਾ ਪਰ ਉਦੋਂ ਪੁੱਛਣਾ ਚਾਹੁੰਦਾ ਉਦੋਂ ਸਿੱਧੂ ਨਾਲ ਕਿਉਂ ਨੀ ਖੜੇ ਜਿਹੜੇ ਅੱਜ ਸਾਲੇ ਵੱਡੇ ਹੋ ਗਏ ਹੁੰਦੇ ਆਮ ਹੀ ਭਰਦੇ ਆ ਸਾਨੂੰ ਮਾੜਾ ਕਹਿਣੇ ਲੱਕੜੀਆਂ ਲੋਕ ਬੜਾ ਮਾੜਾ ਕਹਿੰਦੇ ਬਿੱਲੇ ਵਰਗੇ ਫਲਾਨਾ ਸਲਾਨਾ ਚਲਾਨਾ ਬਿੱਲੇ ਵਰਗੇ ਆਹ ਚੀਜ਼ਾਂ ਮਾੜਾ ਕਹੀ ਜਾਂਦਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਆਪਾਂ ਨੂੰ ਪਤਾ ਜਾਂ ਬਾਈ ਨੂੰ ਪਤਾ ਸੀ ਬਾਈ ਨੂੰ ਪਤਾ ਸੀ ਮੇਰੇ ਇਹਨਾਂ ਨੇ ਕਰਿਆ ਜਾਂ ਨਹੀਂ ਕਰਿਆ ਬਾਈ ਨੂੰ ਮੈਂ ਕਹਿਣ ਦਾ ਮੈਂ ਮਕਾਨ ਪਾਉਣ ਲੱਗਿਆ ਸੀ 20 ਜਨਵਰੀ ਨੂੰ ਬਾਈ ਨੂੰ ਮੈਂ ਕਹਿਣ ਦਾ ਬਾਈ ਮੈਂ ਮਕਾਨ ਪਾਉਣ ਲੱਗ ਗਿਆ ਕਹਿਣ ਦਾ ਉਸਦਾ ਪੁੱਠਾ ਪੰਗਾ ਲੈ ਲਿਆ ਵੋਟਾਂ ਤੋਂ ਬਾਅਦ ਪਾ ਲਾਂਗੇ ਤੂੰ ਕੰਮ ਛੱਡ ਅਸੀਂ ਇੱਕ ਮੇਰਾ ਸਗਾ ਬ੍ਰਦਰ ਇੱਕ ਮੈਂ ਇੱਕ ਚਾਚੇ ਦਾ ਪੁੱਤ ਉਹ ਵੀ ਸਗਾ ਬ੍ਰਦਰ ਹੀ ਹੈ ਸਾਡੀ ਇਕੱਠੀ ਸਾਂਝੀ ਹੈ ਦੋਵਾਂ ਦੀ ਬਾਈ ਤੇ ਇੱਕ ਚਾਚੇ ਦਾ ਮੁੰਡਾ ਹੋਰ ਆ ਅਸੀਂ ਚਾਰੇ ਬੰਦੇ ਅਸੀਂ 40 ਦਿਨ ਉੱਥੇ ਲਾਉਂਦੇ ਰਹੇ ਜੀ ਕਦੇ ਕਦੇ ਇੱਕ ਦਿਨ 7-8 ਦਿਨ ਕਦੇ ਰਹੇ ਉਦੋਂ ਵੀ ਨਹੀਂ ਰਹੇ ਅਸੀਂ ਘਰੇ ਮਿਸਤਰੀ ਲੱਗਿਆ ਹਾਂ ਤੇ 30 ਦਿਨ 30 ਕਿੱਲਿਆਂ ਦੀ ਖੇਤੀ ਕਰਦੇ ਸੀ ਉਹ ਰੱਬ ਮੀਂਹ ਮੂੰਹ ਪਾਈ ਗਿਆ ਫਸਲ ਹੋ ਗਈ ਤੇ ਨਹੀਂ 40 ਦਿਨਾਂ 'ਚ ਇੱਕਦਮ ਨਾਂਗਾ ਨਹੀਂ ਪਾਏ ਸੀ ਵੀ ਅਸੀਂ ਬਾਈ ਕੋਲ ਗਏ ਨਾ ਤਾਂ ਵੋਟਾਂ ਦੇ ਵਿੱਚ ਗਏ ਨਾ ਮੇਰੇ ਯਾਦ ਆ ਬਾਈ ਦਾ ਮੈਂ ਬਾਈ ਨੂੰ ਸਟੀਕ ਪਾ ਤੀ ਵੋਟਾਂ ਕਿੰਨੀ ਫਰਵਰੀ ਨੂੰ 20 ਰੁਪਏ ਸੀ ਨਾ ਆਪਣੀਆਂ 19 ਫਰਵਰੀ ਨੂੰ ਅਸੀਂ ਰਾਤ ਨੂੰ ਮੈਂ 12 ਵਜੇ ਉੱਥੋਂ ਆਇਆ ਚਲੋ ਬੈ ਗੱਲਾਂ ਬਾਤਾਂ ਜਾਂ 12 ਵਜੇ ਤੁਰਿਆ ਉੱਥੋਂ ਮੈਂ ਸਹੀ ਮਾਨਸਾ ਤੋਂ ਮੀਟਿੰਗ ਕਰਕੇ ਬਾਈ ਨੇ ਇੱਥੇ ਆ ਕੇ 19 ਤਰੀਕ ਨੂੰ ਇੱਥੇ ਆ ਕੇ ਪਾਣੀ ਲਾਉਣ ਲੱਗ ਗਏ ਅਤੇ ਮੈਂ ਬਾਈ ਨੂੰ ਮੈਂ 3:30 ਵਜੇ ਕਰਕੇ ਪੌਣੇ 4 ਵਜੇ ਮੈਂ ਸਟੀਕ ਪਾ ਦਿੱਤੀ ਅਤੇ ਬਾਈ ਨੇ ਮੈਨੂੰ ਮੈਸੇਜ ਮਾਰ ਕੇ ਨਾ ਭਾਵੇਂ ਜੇ ਤੁਸੀਂ ਉਹੀ ਕੰਮ ਕਰਤਾ ਕਹਿੰਦਾ ਕਹਿੰਦਾ ਤੂੰ ਵੋਟਾਂ ਪਈਆਂ ਤੁਸੀਂ ਪਾਣੀ ਲਾਉਂਦੇ ਫਿਰਦੇ ਹੋ ਮੇਰੇ ਅੱਜ ਇਹ ਗੱਲਾਂ ਯਾਦ ਆਉਂਦੀਆਂ ਯਾਰ ਵੀ ਉਹ ਵੀ ਦਿਨ ਸੀਗੇ ਪਰ ਹੁਣ ਅਫਸੋਸ ਕਰੀਏ ਕੀ ਬੜਾ ਤੈਨੂੰ ਪਤਾ ਜਿਹੜਾ ਕਰਤਾ ਬਾਈ ਜੀ ਹੁਣ ਤਾਂ ਉੱਥੇ ਆ ਕੇ ਉਹ ਹਰ ਇੱਕ ਬੰਦਾ ਉਦੋਂ ਕਰਦਾ ਪਰ ਜੇ ਬਾਈ ਨੂੰ ਕਦੇ ਮਾਨਸਾ ਨੇ ਵੋਟਾਂ ਜਿਤਾਇਆ ਹੁੰਦਾ ਬਾਈ ਆਹ ਕੰਮ ਹੁੰਦੀ ਨਹੀਂ ਹੁੰਦਾ ਨਹੀਂ ਬਿਲਕੁਲ ਬਾਈ ਅੱਜ
ਦੇਖੋ ਆਪਾਂ ਇੱਕ ਸੱਚ ਬੋਲਦੇ ਹਾਂ, ਆਪਾਂ ਨੂੰ ਨਹੀਂ ਪਤਾ ਮੇਰੀ ਵੀਡੀਓ ਕਿਸੇ ਨੂੰ ਚੁਗੇ ਜਾਂ ਨਾ ਚੁਗੇ, ਪਰ ਜੇ ਮਾਨ ਸਾਹਿਬ ਨੇ ਉਹਦੇ ਜਿਤਾਇਆ ਹੁੰਦਾ ਨਾ ਕਦਰ ਪਾਈ ਹੁੰਦੀ ਉਹ ਬੰਦੇ ਦੀ, ਬਾਈਕਰ ਨੂੰ ਵੀ ਬਹੁਤ ਕੁਛ ਕਰਦਾ ਸੀ ਬਾਈ ਮਾਨ ਸਾਹਿਬ, ਬਾਈਕਰ ਹੋ ਜਾਣਾ ਸੀ ਕੈਲੀਫੋਰਨੀਆ ਉਹ ਵਿਜੇ ਸਿੰਗਲਾ ਨੂੰ ਕੀ, ਵਿਜੇ ਸਿੰਗਲਾ ਨੇ ਕੀ ਕਰਤਾ ਬਾਈ ਪੈਸੇ ਲੈ ਕੇ, ਪੂਰਾ ਪੈਸੇ ਖਾਣ ਵਾਲਾ ਸਿਸਟਮ ਸੀ ਬਾਈ ਕੋਲ ਸੀਗੇ, ਬਾਈ ਨੇ ਕਹਿਣਾ ਬਾਈ ਦਾ ਭਾਸ਼ਣ ਵੀ ਸਹੀ ਦਿੰਦਾ ਹੁੰਦਾ ਜੀ, ਕਹਿੰਦਾ ਤੁਸੀਂ ਲੋਕ ਕੀ ਮੰਗਦੇ ਹੋ ਸਾਨੂੰ ਪਰਚੀ ਦੇ ਦਿਓ ਜੀ ਇੱਥੇ, ਅਸੀਂ ਉਹ ਭਾਈ ਬਾਈ ਇਹੀ ਭਾਸ਼ਣ ਕਰਦਾ ਸੀ ਬੜੇ ਲੋਕ ਦੇ ਨਾਲ ਵੀ ਬਾਈ ਆਪਣੇ ਖਿਲਾਫ਼ ਹੁੰਦੇ ਲੋਕ, ਖਿਲਾਫ਼ ਹੁੰਦੇ ਲੋਕ ਕਹਿੰਦਾ, ਕਹਿੰਦਾ ਯਾਰ ਲੋਕਾਂ ਨੂੰ ਜਿਹੜਾ ਮੰਗਣਗੇ ਸਾਨੂੰ ਕੁਰਸੀਆਂ ਦੇ ਜੋ ਜਾਂ ਟੈਂਟ ਦੇ ਜੋ ਜਾਂ ਸਾਨੂੰ ਭਾਂਡੇ ਦੇ ਜੋ ਜਾਂ ਸਾਨੂੰ ਐਂ ਕਰੋ ਪਰਚੀ ਕਟਾ ਲਓ ਟੂਰਨਾਮੈਂਟ ਕਰਾਉਣਾ, ਕਹਿੰਦਾ ਮੰਗਣਾ ਕੋਈ ਚੱਜ ਦਾ ਮੰਗੋ, ਜੇ ਸਾਥੋਂ ਤੁਸੀਂ ਅੱਜ ਰੁਪਈਏ ਲੈਨੇ ਹੋ ਸਾਨੂੰ ਕਹਿੰਦੇ ਵੀ ਸਾਨੂੰ 50,000 ਟੈਂਟ ਖਾਤਰ ਜਾਂ 2.5 ਲੱਖ ਟੈਂਟ ਖਾਤਰ ਦੇ, ਲੋਕ ਮੰਗਦੇ ਵੀ ਰਹੇ ਬਾਈ ਦੋ ਦੋ ਲੱਖ ਰੁਪਈਆ ਲੋਕਾਂ ਨੇ ਫੜ ਲਓ ਟੈਂਟ, ਨਹੀਂ ਨਹੀਂ ਦੋ ਦੋ ਲੱਖ ਰੁਪਈਆ ਲੋਕਾਂ ਨੇ ਵੀ ₹2,00,000 ਬਾਈ ਲੋਕਾਂ ਨੇ ਟੈਂਟਾਂ ਦਾ ਮੰਗਿਆ ਗਾ ਵੀ ਅਸੀਂ ਟੈਂਟ ਦਾ ਸਮਾਨ ਲੈਣਾ ਗਾ, ਲੋਕਾਂ ਦੀ ਇਹ ਸੋਚ ਮੇਰੀ ਲੋਕਾਂ ਦੀ ਵੀਰ ਇਹ ਸੋਚਾ ਤੇ ਤਾਂ ਹੀ ਤਾਂ ਫਿਰ ਕੋਈ ਇੱਥੇ MLA ਕੋਈ ਕੰਮ ਕਰਦਾ ਨੀ, ਜਦੋਂ ਅਗਲਾ ਪਹਿਲਾਂ ਰੁਪਈਏ ਦਿੰਦਾ ਪਹਿਲੀ ਵਾਰ ਜ਼ਿੰਦਗੀ ਚ ਬਾਈ ਨਾਲ ਇਲੈਕਸ਼ਨ ਲੜਿਆ, ਠੀਕ ਹੈ ਨਾ, ਜਦੋਂ ਬੰਦਾ ਇਹੋ ਜਿਹੇ ਕੰਮ ਕਰਦਾ ਬਾਈ ਤਾਂ ਹੀ ਤਾਂ ਬੰਦਾ ਰੁਪਈਏ ਖਾਂਦਾ, ਜਦੋਂ ਝੁੱਗਾ ਲਾਉਂਦੇ ਹੋ ਬਾਈ ਦੀ, ਬਾਈ ਨੂੰ ਅਸੀਂ ਕਹਿੰਦੇ ਵੀ ਤੂੰ ਇਹ ਸਪੀਚ ਨਾ ਦੇ, ਉਹ ਕਹਿੰਦਾ ਯਾਰ ਜੋ ਮੇਰੇ ਦਿਲ ਚ ਮੈਂ ਸੱਚੀਆਂ ਗੱਲਾਂ ਕਰੂੰ ਲੋਕਾਂ ਨਾਲ, ਕਹਿੰਦਾ ਤੁਸੀਂ ਸਾਡਾ ਪਹਿਲਾਂ ਝੁੱਗਾ ਲਾਉਂਦੇ ਹੋ ਅਸੀਂ ਤੁਹਾਡਾ ਮਗਰੋਂ ਲਾ ਲੈਂਦੇ ਹਾਂ, ਇਹ ਪੁਆਇੰਟ ਆ ਗੱਲ ਦਾ ਬਾਈ, ਉਹ ਇਹ ਭਾਸ਼ਣ ਕਰਦਾ ਰਿਹਾ, ਉਹਨੂੰ ਕਹਿੰਦਾ ਮੇਰੀ ਬੋਰ ਟੁੱਟ ਜੂ ਟੁੱਟ ਜੂ, ਪਰ ਮੈਂ ਲੋਕਾਂ ਨੂੰ ਸੱਚ ਕਹਿਣਾ ਚਾਹੁੰਦਾ, ਕਹਿੰਦਾ ਤੁਸੀਂ ਕਹਿੰਦੇ ਫਲਾਣੇ ਦੀ ਪਰਚੀ ਕਟਾ ਲਓ ਤਰਾਣੇ ਦੀ ਪਰਚੀ, ਮਾਨਸਿਕਤਾ ਕਿੱਥੇ ਜੇ ਖੜੀ ਆ ਉਹ ਗੱਲ ਦਾ, ਤੁਹਾਡੀ ਮਾਂ ਤੁਸੀਂ ਸਕੂਲ ਨਹੀਂ ਮੰਗਦੇ, ਤੁਸੀਂ ਕਾਲਜ ਨਹੀਂ ਮੰਗਦੇ, ਤੁਸੀਂ ਚੰਗੇ ਕਹਿੰਦਾ ਹਸਪਤਾਲ ਹੋ ਗਏ ਨਾ, ਹਸਪਤਾਲ ਵੀ ਇਹ ਚੀਜ਼ ਆ, ਪਰ ਉਹਨਾਂ ਨੇ ਮੰਗੀ ਨਹੀਂ, ਉਹਨਾਂ ਨੇ ਸਿਰਫ 25,000 ਦੀ ਪਰਚੀ ਕਟਾ ਲਓ ਜੀ ਸਾਡੇ ਟੂਰਨਾਮੈਂਟ, ਠੀਕ ਹੈ ਨਾ ਬਾਈ ਜੀ, ਮੈਂ ਪਹਿਲੀ ਵਾਰ ਇਲੈਕਸ਼ਨ ਲੜਿਆ ਬਾਈ ਨਾਲ ਲੜਿਆ, ਪਰ ਲੋਕਾਂ ਬਹੁਤ ਮਾੜੇ ਆ ਨੇਤੇ ਤੋਂ ਬਾਅਦ ਚ ਮਾੜੇ ਆ ਗਏ, ਪਰ ਲੋਕ ਲੜਦੇ ਆ ਵੀ ਸਾਨੂੰ ਆਹ ਚਾਹੀਦਾ ਬਾਈ ਜੀ, ਲੋਕਾਂ ਨੇ ਬਹੁਤ ਆਪਣੀ ਗਲਤੀਆਂ, ਫਿਰ ਹੁਣ ਵਿਜੇ ਸਿੰਗਲਾ ਨੇ ਤਾਂ ਬਾਈ ਖਾਣੀ ਸੀ ਪਹਿਲਾਂ, ਇਹਨੂੰ ਵੀ ਖਾਧਾ ਹੋਊ ਲੋਕਾਂ ਨੇ, ਸਹੀ ਗੱਲ ਤੇ ਬਾਈ ਫਿਰ ਹੁਣ ਗੱਲ ਕਰੀਏ ਆਪਾਂ ਵੀ ਜਿਹੜੀਆਂ ਹਾਦਸਾ ਹੋਇਆ ਨਾ ਬਾਈ ਸਿੱਧੂ ਨਾਲ, ਬਹੁਤ ਮੰਦਭਾਗੀ ਘਟਨਾ ਸੀ, ਜਦੋਂ ਅਸੀਂ ਬਾਈ ਫੋਟੋ ਦੇਖੀ ਯਕੀਨ ਨਹੀਂ ਹੁੰਦਾ ਸੀ ਗੱਲ ਦੇਖ ਕੇ, ਤੇ ਬਾਈ ਨੂੰ ਕੁਛ ਪਹਿਲਾਂ ਪਤਾ ਸੀ ਬਾਈ ਇਹਦੇ ਬਾਰੇ ਵੀ ਇਹ ਗੱਲ ਹੋਊਗੀ ਜਾਂ ਨਹੀਂ, ਦੇਖੋ ਭਰਾ ਉਹ ਅਜਿਹੀਆਂ ਗੱਲਾਂ ਨਾ ਅਕਸਰ ਆਪਦੀਆਂ ਕੈਦ ਰੱਖਦਾ, ਉਹ ਮੰਨ ਕੇ ਚੱਲ ਵੀ ਟੈਨਸ਼ਨ ਕਿਸੇ ਨੂੰ ਦੇਣਾ ਨਹੀਂ ਚਾਹੁੰਦਾ ਵੀ ਮੰਨ ਕੇ ਮਾਤਾ ਪਿਤਾ ਨੂੰ ਜਾਂ ਨਾਲ ਲਿਆ ਨੂੰ, ਉਹ ਬੰਦਾ ਏਡਾ ਕੁ ਬੰਦਾ ਸੀ ਕਹਿੰਦੇ ਬਾਹਲਾ ਵੱਡਾ ਸਮੁੰਦਰ ਸੀ ਜਿਹੜਾ ਅੰਦਰ ਆਪਦੇ ਬਾਹਲਾ ਕੁਛ ਸਮਾਈ ਬੈਠਾ ਸੀ, ਆਪਾਂ ਤਾਂ ਬਹੁਤ ਛੋਟੀਆਂ ਚੀਜ਼ਾਂ ਜੇ ਆਪਣੇ ਸੂਲ ਵੀ ਵੱਜਾਂਗੇ ਨਾ ਆਪਾਂ ਉਹ ਵੀ ਦੱਸਦੇ ਮੇਰੇ ਤਾਂ ਫਲਾਣਾ ਕੰਡਾ ਵੱਜਿਆ ਯਾਰ, ਲੋਕ ਕਹਿੰਦੇ ਦਰਿਆ ਵੱਡਾ ਸੀ ਬਾਈ, ਭਾਈ ਜੀ ਸਮੁੰਦਰ ਸੀ ਉਹ, ਸਾਗਰ ਸੀ ਉਹ, ਸਮੁੰਦਰ ਸੀ, ਦਲੇਰ ਤੇ ਨੀਡਰ ਬੰਦਾ ਸੀ, ਨੀਡਰ ਬੰਦਾ ਸੀ ਬਾਈ ਨੇ ਦੇਖਿਆ ਹੀ ਬਹੁਤ ਕੁਛ ਸੀ ਬਾਈ, ਦਰਾਜ ਚੜਾਪਾ ਵਾਲੇ ਆਏ ਸੀ ਉਹ, ਆਹ ਲੀਕ ਹੋ ਗਏ ਸੀਗੇ ਗਾਣੇ ਉਦੋਂ ਬਾਈ ਜਦੋਂ ਚੱਲਿਆ ਹਨਾ 16 ਚ, ਉਦੋਂ ਬਾਈ ਜੀ ਲੀਕ ਹੋ ਗਏ ਸੀ, ਲੋਕਾਂ ਨੇ ਜਾ ਕੇ ਬਾਹਰ ਕੇ ਧਰਨੇ ਲਾਤੇ ਜਦੋਂ ਮਾਈ ਭਾਗੋ ਵਾਲਾ ਗੀਤ ਆਇਆ ਗਾ, ਹੈ ਬਾਈ ਲੋਕਾਂ ਨੇ ਧਰਨੇ ਲਾਤੇ ਸੀਗੇ ਜਾ ਕੇ, ਬਾਈ ਦੀਆਂ ਇਹਨਾਂ ਨੇ ਮਾੜੀਆਂ ਚੀਜ਼ਾਂ ਦੇਖੀਆਂ, ਚੰਗੀ ਤਾਂ ਕੋਈ ਕਹੀ ਨੀ, ਬਾਈ ਨੇ ਵੀ ਇੰਟਰਵਿਊ ਕਰੀ ਸੀ, ਉਹ ਕਹਿੰਦਾ ਮੇਰਾ ਲੋਕਾਂ ਨੇ 295 ਸੁਣੀ ਨੀ, ਮੇਰੇ ਤਾਂ ਦੂਜੇ ਗੀਤ ਤੇਰਾਂ ਨੇ ਪ੍ਰਮੋਟ ਕਰੀ ਨੇ, ਠੀਕ ਹੈ ਨਾ, ਉਹ ਕਰੀਆਂ ਦਾ ਬਾਈ ਬਹੁਤ ਵਧੀਆ ਸੋਚ ਸੀ, ਕਿਉਂਕਿ ਅਸੀਂ ਤਾਂ ਘੋਲੇ ਮੇਲੇ ਸੀ ਨਾਲ ਬੈਠੇ, ਸਾਨੂੰ ਪਤਾ ਵੀ ਕੀ ਸੋਚ ਸੀ, ਨਹੀਂ ਯਾਰ ਐਡੀ ਚੜ੍ਹਾਈ ਦੇ ਵਿੱਚ ਕੋਈ ਬੰਦਾ ਪਿੰਡ ਨੀ ਰਹਿੰਦਾ, ਇੱਥੇ ਸਾਲੇ ਕੋਈ ਟਿਕਟੋਕ ਤੇ ਚੱਲ ਜਾਣਾ, ਮੈਂ ਨਾਂ ਨੀ ਲੈਣਾ ਚਾਹੁੰਦਾ, 3-4 ਇੱਕ ਦੋ ਤਾਂ ਕੁੜੀਆਂ ਚੱਲੀਆਂ ਹੋਈਆਂ, ਆ ਇੱਕ ਦੋ ਮੁੰਡੇ ਚੱਲੇ ਆ, ਉਹੀ ਫੀਲਿੰਗਾਂ ਲਈ ਬੈਠੇ, ਉਹੀ ਚੰਡੀਗੜ੍ਹ ਬੈਠੇ, ਲੈ ਦੱਸੋ ਵੀ ਆ ਰੀਲਾਂ ਪਾ ਕੇ ਕਿੱਡੇ ਕੁ ਵੱਡੇ ਸਟਾਰ ਬਣ ਗਏ ਤੁਸੀਂ, ਇਹੋ ਜਿਹੀ ਲੱਖਾਂ ਦੁਨੀਆਂ ਤੁਰੀ ਫਿਰਦੀ ਆ, ਤੇ ਕਿਤੇ ਬੰਦਾ ਜੀ ਪਿੰਡ ਨਾਲ ਜੁੜਿਆ ਹੋਇਆ, ਅਸਲ ਚ ਭਾਈ ਕਿਤੇ ਨਾ ਕਿਤੇ ਨਾ ਮੈਂ ਇਹ ਗੱਲ ਸੋਚਦਾ ਹੁੰਦਾ ਵੀ ਬਾਈ ਜੇ ਪਿੰਡ ਰਿਹਾ ਸੀ ਹਨਾ, ਬਾਈ ਨੇ ਸਾਰਾ ਕੁਛ ਆਪਦੇ ਏਰੀਏ ਵਾਸਤੇ ਕਰਿਆ, ਆਪਾਂ ਬਠਿੰਡਾ ਤੇ ਮਾਨਸਾ ਦੀ ਜ਼ਿਆਦਾ ਗੱਲ ਕਰੀਏ ਹਨਾ, ਵੀ ਇਹ ਜਿਹੜੀ ਗੱਲ ਬਣੀ ਹੈ ਸਾਰੀ, ਇਹ ਮੈਂ ਕਹਿੰਦਾ ਵੀ ਪਿੰਡ 'ਚ ਰਹਿਣ ਕਰਕੇ ਹੀ ਬਣੀ ਆ, ਜੇ ਬਾਈ ਮੰਨ ਕੇ ਚੱਲ ਏਡਾ ਜ਼ਿਆਦਾ ਬੋਲੀਵੁੱਡ ਦਾ ਐਕਟਰ ਸਟਾਰ ਹੋ ਗਿਆ ਸਿੰਗਰ ਹਨਾ, ਬਾਈ ਟੌਪ 10 ਵਾਲਿਆਂ 'ਚ ਉੱਪਰ ਲੈ 'ਚ ਜਮ੍ਹਾਂ ਵਰਲਡ ਲੈਵਲ ਦੇ 'ਚ ਉੱਥੇ ਸੂਚੀ ਗਿਣਤੀ ਆਉਣ ਲੱਗ ਗਈ। ਦੇਖੋ ਭਰਾ ਇੱਕ ਗੱਲ ਦੱਸਦਾ ਮੈਂ, ਇਹ ਅਸਲ ਤਕਦੀਰ ਆ, ਜਿੰਨੀ ਲਿਖਾਈ ਆ ਬੰਦੇ ਨੇ ਭੋਗਣੀ ਉਨੀ ਆ, ਇਹ ਤਾਂ ਹੈ ਬਾਈ, ਭਾਵਾਂ ਬਾਈ ਜੀ ਤੂੰ ਸੀਸ ਮਹਿਲਾਂ ਦੇ ਵਿੱਚ ਪੈ ਜਾਈ ਜਿੱਥੇ ਬੁਲਟ ਪਰੂ ਗੱਡੀਆਂ 'ਚ ਮੌਤ ਆਉਣੀ ਹੈ ਤਾਂ ਉੱਥੇ ਵੀ ਆ ਜਾਣੀ, ਪਰ ਇਹ ਬੰਦਾ ਜਿੰਨਾ ਚਿਰ ਜੀ ਆਇਆ ਨਾ, ਇੱਕ ਥਾਪੜ ਕੇ ਜਿਵੇਂ ਇੱਕ ਥਾਪੜ ਕੇ ਇਹਨੇ ਗੀਤ ਕੱਢੇ ਆ, ਇਹਨੇ ਸਾਰੇ ਕੰਮ ਲਲਕਾਰ ਕੇ ਕਰੇ ਆ, ਇਹਨੇ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਿਆ, ਇਹਨੇ ਸਾਰਾ ਓਕੇ ਕੰਮ ਕਰਿਆ, ਬਾਈ ਜੀ ਦੀ ਲਿਖੀ ਸੀ ਉਨੀ ਭੋਗ ਕੇ ਗਿਆ ਗਾ, ਪਰ ਬਾਈ ਇਹੀ ਕਹਿੰਦਾ ਨਹੀਂ, ਕਹਿੰਦਾ ਮਰਨਾ ਸਭ ਨੇ ਆ ਪਰ ਲੋਕ ਯਾਦ ਕਰਨ, ਉਹ ਅੱਜ ਯਾਦ ਕਰਦੇ ਆ, ਕੋਈ ਇੱਥੇ ਰਹਿਣ ਨਾਲ ਜਾਂ ਉੱਥੇ ਰਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਸੀਗਾ,
ਕਿਉਂਕਿ ਇਹਦਾ ਬਾਈ ਜੀ ਜਿੱਥੇ ਮਰਜ਼ੀ ਵਗ ਜਾਂਦਾ ਇਹਦਾ ਦਿਲ ਪਿੰਡ ਬਣਾ ਨਹੀਂ ਲੱਗਦਾ ਸੀ ਨਹੀਂ ਲੱਗਦਾ ਸੀ ਬਾਈ ਦਾ ਇਹ ਤੇ ਸਾਰਾ ਦਿਨ ਨਾ ਏਰੀਏ ਦਾ ਹੀ ਬੜਾ ਮੂੰਹ ਕਰਦਾ ਮੁੰਡਿਆਂ ਨੂੰ ਇੱਥੇ ਮੁੰਡਿਆਂ ਨੂੰ ਵੀਡੀਓ ਕਾਲ ਕਰਕੇ ਦਿਖਾਈਦਾ ਮੈਨੂੰ ਪਿੰਡ ਦਿਖਾ ਦੋ ਮੈਨੂੰ ਆਹ ਦਿਖਾ ਦੋ ਆਹ ਕੰਮ ਸੀ ਬਾਈ ਜੀ ਦਾ ਦਿਲ ਕਿਤੇ ਬਾਹਰ ਜਾ ਕੇ ਨਹੀਂ ਲੱਗਦਾ ਜਿੰਨਾ ਪਿੰਡ ਲੱਗਦਾ ਬਾਹਰ ਜਾ ਕਿਉਂਕਿ ਬਾਈ ਜੀ ਜਿਹਨੇ ਆਹ ਮੋਟਰ ਤੇ ਬੈਠੇ ਇੱਥੇ ਕਿਤੇ ਵਗ ਜਾਈਏ ਗੱਡੀ 'ਚ ਚੜ ਕੇ ਭਾਵੇਂ ਕੋਈ ਕੰਮ ਆ ਇੱਕ ਦਿਨ ਬਾਹਰ ਵਗ ਜਾਈਏ ਨਾ ਲੱਗਦਾ ਯਾਰ ਭੈਣ ਦਾ ਨਾ ਆਪਾਂ ਤਾਂ ਆ ਗਏ ਆਪਣੇ ਮੈਨੂੰ ਸਾਰਾ ਕੁਛ ਮੰਗ ਰਹਿ ਗਏ ਆਹ ਚੀਜ਼ਾਂ ਪਿੰਡ ਵਾਲੀ ਚੀਜ਼ ਦੀ ਯਾਦ ਪਿੰਡ ਦਾ ਹੁੰਦਾ ਵੀ ਹੈ ਬਾਈ ਅਕਸਰ ਮੋਹ ਜਦੋਂ ਪਿੰਡ ਦੀਆਂ ਉਸੇ ਗਲੀਆਂ 'ਚ ਬਾਈ ਖੇਡਿਆ ਹੈ ਨਾ ਜਿਵੇਂ ਪਲਿਆ ਉਹ ਚੀਜ਼ਾਂ ਫਿਰ ਬਾਈ ਇੱਕ ਗੱਲ ਕਹਿੰਦਾ ਵੀ ਸਿੱਧੂ ਦਾ ਮਗਾ ਵਾਲਾ ਕੋਈ ਕਲਾਕਾਰ ਨਹੀਂ ਕਰਦਾ ਨਹੀਂ ਕਰਦਾ ਉਹ ਆਪਦੀ ਜ਼ਿੰਦਗੀ ਲਿਖ ਗਿਆ ਸਾਰਾ ਕੁਛ ਲਿਖ ਗਿਆ ਬਾਕੀ ਬਾਈ ਦੇ ਗੀਤ ਆਉਣ ਵਾਲੇ ਪਏ ਆਉਣਗੇ ਫਾਦਰ ਸਾਹਿਬ ਕਹਿੰਦੇ ਆ ਵੀ ਆਉਣਗੇ ਐਸ ਬਾਈ ਵਾਲਾ ਗਾਣਾ ਸੀ ਬਾਈ ਜਿਹੜਾ ਆਉਣਾ ਸੀ ਬਾਈ ਦਾ ਅੱਗੇ ਹੁਣ ਉਹਦੇ 'ਚ ਬਾਈ ਗੱਲ ਨਾ ਇੰਸਟਾ 'ਤੇ ਵਾਹਵਾ ਫੋਟੋ ਬਣ ਕੇ ਲੀਕ ਹੋਈ ਸੀਗੀ ਉਹ ਵੀ ਕਹਿੰਦੇ ਬਾਈ ਨੇ ਉਹ ਗਾਣੇ 'ਚ ਨਾ ਯਾਨੀ ਕਿ ਇੱਕ ਆਪਦੀ ਲਾਈਨ ਪਾਈ ਸੀਗੀ ਕਹਿੰਦੇ ਟਾਹਲੀਆਂ ਖੇਤ ਜੱਟ ਦਾ ਨਹੀਂ ਸੇਵਾ ਹੋਊਗਾ ਇਹਦੇ ਬਾਈ ਮਾੜਾ ਮੋਟਾ ਤੁਹਾਨੂੰ ਕੁਛ ਇਹ ਗੱਲ ਬਾਰੇ ਪਤਾ ਵੀ ਬਾਈ ਜੀ ਉਹ ਗੀਤ ਨਹੀਂ ਉਹ ਫਾਦਰ ਸਾਹਿਬ ਕੋਲ ਸਾਰਾ ਗਾਣਾ ਠੀਕ ਹੈ ਨਾ ਜੀ ਕੁਛ ਮਰਜ਼ੀ ਕਹੀ ਜਾਣ ਲੋਕ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਠੀਕ ਹੈ ਮੈਂ ਬਾਈ ਨੂੰ ਉਦੋਂ ਮਿਲਿਆ ਸੀ ਜਿੱਥੇ ਵਿਜੇ ਸਿੰਗਲਾ ਦਾ ਫੜਿਆ ਗਿਆ ਹੈਗਾ ਬਾਈ ਉਹ ਸਾਰਾ ਕੁਛ ਹੀ ਇੱਦਾਂ ਲਿਖਦਾ ਸੀ ਠੀਕ ਹੈ ਨਾ ਬਾਕੀ ਜਿੱਦੇ ਗਾਣਾ ਆ ਗਿਆ ਉਹ ਸਾਰਾ ਕੁਛ ਸਾਹਮਣੇ ਆ ਗਿਆ ਬਾਕੀ ਇਹਦਾ ਲੋਕ ਤਾਂ ਬਾਈ ਜੀ ਮੈਂ ਇੱਕ ਗੱਲ ਕਹਿੰਦੀ ਪੇਜਾਂ ਵਾਲੀ ਚੱਲਦੀ ਇਹਦੇ ਸਿਰ ਤੋਂ ਆ ਪੇਜਾਂ ਦਾ ਕੰਮ ਹੀ ਇਹ ਇਹਨੂੰ ਨਿੰਦਣਾ ਹੁਣ ਸਰਾਹੀ ਜਾਂਦੇ ਪਹਿਲਾਂ ਨਿੰਦੀ ਜਾਂਦੇ ਆ ਇਹਨਾਂ ਨੇ ਮਿੰਟ 'ਚ ਗਦਾਰ ਬਣਾ ਦਿੱਤਾ ਸੀ ਸਭ ਤੋਂ ਮਾੜੀ ਕਰਤੂਤਾਂ ਜਦੋਂ ਬਾਈ ਕਾਂਗਰਸ 'ਚ ਰਲਿਆ ਸਭ ਤੋਂ ਵੱਧ ਉਛਾਲਿਆ ਇਹਨਾਂ ਨੇ ਗਦਾਰ ਦਾ ਥੱਪਾ ਦਿੱਤਾ ਫੇਰ ਇਹਨੂੰ ਮਾੜਾ ਕਹਿਣ ਲੱਗ ਗਏ ਹੁਣ ਇਹੀ ਪੇਜਾਂ ਇਹਨੂੰ ਚੰਗਾ ਕਹਿੰਦੇ ਆ ਲੱਖ ਲਾਂਹਦੇ ਪੇਜਾਂ ਕੋਈ ਸਟੈਂਡ ਹੀ ਨਹੀਂ ਬੰਦਿਆਂ ਦਾ ਸਟੈਂਡ ਬਾਈ ਜੀ ਸਾਈਕਲ ਦਾ ਵੀ ਸਟੈਂਡ ਹੁੰਦਾ ਸਾਈਕਲ ਵੀ ਖੜ ਜਾਂਦਾ ਇਹਨਾਂ ਦਾ ਸਟੈਂਡ ਨਹੀਂ ਸਟੈਂਡ ਨਹੀਂ ਸਹੀ ਗੱਲ ਬਾਈ ਬਾਕੀ ਬਾਈ ਸਿੱਧੂ ਸਿੱਧੂ ਹੀ ਸੀ ਸਿੱਧੂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਦੇਖੋ ਆਪਣੀ 37 ਸਾਲ ਦੀ ਉਮਰ ਹੋ ਗਈ ਠੀਕ ਹੈ ਨਾ ਆਪਣੀ ਇਹਦੂ ਪਤਾ ਨਹੀਂ ਕਿੰਨੀ ਕੁ ਲਾਈਫ ਆ ਪਰ ਮੈਨੂੰ ਨਹੀਂ ਕਹਿੰਦਾ ਵੀ ਮੇਰੀ ਜਿੰਨੇ ਚਿਰ ਜਿਉਵਾਂ ਕੋਈ ਬੰਦਾ ਇਹਦੇ ਬਰਾਬਰ ਲੈ ਜੂ ਨਹੀਂ ਜਾ ਸਕਦਾ ਜਦੋਂ ਤੱਕ ਆਪਾਂ ਦੇਖੀਆਂ ਹੈ ਨਾ ਬਾਈ ਗੱਲਾਂ ਬਹੁਤ ਉੱਤੇ ਇੱਕ ਆਮ ਘਰ ਦਾ ਧੀ ਪੁੱਤ ਉੱਠਿਆ ਤਾਂ ਇੰਨੀ ਦੂਰ ਤੱਕ ਗਈਆਂ ਗੱਲਾਂ ਬਹੁਤ ਵੱਡੀ ਗੱਲ ਆ ਬਾਈ ਇਹ ਹੈ ਨਾ ਬਹੁਤ ਵੱਡੀ ਬਹੁਤ ਵੱਡੀਆਂ ਗੱਲਾਂ ਇਹ ਆਮ ਪਿੰਡਾਂ 'ਚ ਆਪਣੀ ਗੱਲ ਹੋਣ ਲੱਗ ਮਾੜਾ ਕੋਈ ਉੱਪਰ ਨੂੰ ਜਾ ਉੱਠਦਾ ਪਿੰਡਾਂ 'ਚ ਦੇਖ ਚਰਚਾ ਹੋਣ ਲੱਗ ਜਾਂਦੀ ਬਾਈ ਖੁੰਡ ਚਰਚਾ ਜਿਹੜੀ ਆਪਾਂ ਕਹਿੰਦੇ ਵੀ ਫਲਾਨਿਆਂ ਦਾ ਮੁੰਡਾ ਮੈਂ ਤੈਨੂੰ ਗੱਲ ਹੀ ਦੱਸਤੀ ਵੀ ਟਿਕਟ ਉਹ ਤੇ ਤਾਰ ਤੇਰੀਆਂ ਸੋਰੀ ਇੰਸਟਾ ਤੇ ਪਹਿਲਾਂ ਟਿਕਟ 3000 ਤਾਂ ਕੁੜੀਆਂ ਆਈਆਂ 2000 ਮੁੰਡੇ ਆ ਠੀਕ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੋ ਗਿਆ ਵੀ ਅਸੀਂ ਕਿੱਡੇ ਕੁ ਸਟਾਰ ਹੋ ਗਏ ਕੋਈ ਚੰਡੀਗੜ੍ਹ ਰਹਿੰਦਾ ਵੀ ਮੁਹਾਲੀ ਤੁਰਿਆ ਫਿਰਦਾ ਬਾਈ ਨਾਲ ਜੁੜਿਆ ਸੀ ਬਾਈ ਜੀ ਫੇਮ ਤਾਂ ਇਹੀ ਚੀਜ਼ ਆ ਬਾਈ ਸਿੱਧੂ ਕਹਿੰਦਾ ਨਾ ਜਿਹਦੇ ਮੂੰਹ 'ਚ ਪੈਗੀ ਨਾ ਲੋਲੀਪੋਪ ਭੈਣ ਨਾ ਤਾਂ ਖਾਧੀ ਜਾਵੇ ਨਾ ਛੱਡੀ ਜਾਵੇ ਠੀਕ ਅਗਲਾ ਕਹਿੰਦਾ ਮੇਰੇ ਮੂੰਹ 'ਚ ਹੀ ਰਹੇ ਨਾ ਤਾਂ ਖੁਰੇ ਤੇ ਨਾ ਕੱਢਣ ਨੂੰ ਜੀ ਕਰੇ ਮੂੰਹ 'ਚ ਵੀ ਮੂੰਹ ਨਾ ਕਿਤੇ ਕੌੜਾ ਹੋ ਜਾਏ ਬਾਈ ਜੀ ਇਹੀ ਗੱਲ ਕਹਿੰਦਾ ਗਾ ਮਾੜਾ ਜਿਹਾ ਕੋਈ ਇੱਥੇ 2 ਵੀਡੀਓ ਚੱਲ ਗਿਆ ਨਾ ਮਾੜਾ ਜਿਹਾ ਨਾ ਚੱਲ ਜੇ ਨਾ ਅਗਲਾ ਵੱਡਾ ਸਟਾਰ ਕਹਾਉਣ ਲੱਗ ਜਾਂਦਾ ਪਰ ਇਹ ਤਾਂ ਬਹੁਤ ਵੱਡੀ ਚੀਜ਼ ਸੀ ਬਾਈ ਨੇ ਉੱਥੇ ਸਿਮਰਜੀਤ ਮੱਕੜ ਡੇਲੀ ਆਨ ਏਅਰ ਵਾਲੇ ਆਨ ਏਅਰ ਵਾਲਾ ਜਿੱਦਾਂ ਇੰਟਰਵਿਊ ਕਰਕੇ ਬਾਈ ਜੀ ਬਾਈ ਨੇ ਉੱਥੇ ਗੱਲ ਕਹੀ ਵੀ ਹੈ ਸ਼ਾਮ ਵਾਲੇ ਟਾਈਮ ਬਾਈ ਕਹਿੰਦਾ ਇੱਕ ਮੈਂ ਔਕਾਤ ਰੱਖਦਾ ਉਹਦੀ ਬੰਬੇ 'ਚ ਫਲੈਟ ਲੈਣ ਦੀ ਬਾਈ ਬਾਹਰ ਰਹਿੰਦੀ ਯਾਨੀ ਕਿ ਬਾਈ ਜੀ ਕੁਛ ਵੀ ਲੈ ਸਕਦਾ ਸੀ ਪਰ ਮੇਰਾ ਆਪਦੇ ਏਰੀਏ ਲੋਕਾਂ ਨਾਲ ਮੋਹ ਪ੍ਰੇਮ ਆ ਜਿਹੜਾ ਪਿੰਡ ਨਾਲ ਮੈਂ ਛੱਡ ਨਹੀਂ ਸਕਦਾ ਬਾਈ ਜੀ ਵੋਟਾਂ ਇਲੈਕਸ਼ਨ ਲੜਨ ਤੋਂ ਬਾਅਦ ਤੀਜੇ ਦਿਨ 5 ਕਿੱਲਿਆਂ ਦੀ ਰਜਿਸਟਰੀ ਕਰਾ ਦਿੱਤੀ ਸੀ ਬੰਦੇ ਔਕਾਤ ਸੀ ਉਹਦੀ ਸਭ ਕੁਛ ਕਰ ਬਿਲਕੁਲ ਬਾਈ ਸੋਚੀ ਬਹੁਤ ਕੁਛ ਬੈਠਾ ਸੀਗਾ ਜਿਵੇਂ ਹੁਣ ਵੀ ਅੱਗੇ ਕੈਂਸਰ ਦਾ ਹਸਪਤਾਲ ਬਣਾਉਣਾ ਸੀਗਾ ਬਾਈ ਨੂੰ ਉਹ ਸੋਚੀ ਬੈਠਾ ਬਾਈ ਅਕਸਰ ਗੱਲਾਂ ਵੀ ਕਰਦਾ ਬਾਈ ਜੀ ਸਭ ਕੁਛ ਹੋ ਜਾਂਦਾ ਪਰ ਮਾਨਸਾ ਨੇ ਤੁਹਾਨੂੰ ਦੱਸਿਆ ਨਾ ਵੀ ਮਾੜਾ ਬੰਦਾ ਜਿਤਾਇਆ ਉਹ ਅੱਜ ਭੁਗਤਦੇ ਆ ਜਿਹੜਾ ਬੀਬੀ ਕੱਤੀ ਦਾ ਨਾਮ ਕੱਢਿਆ ਸੀ ਉਹ ਬੈਕਵਰਡ ਵੱਜਦਾ ਸੀ ਠੀਕ ਹੈ ਨਾ ਜੀ ਜਿਹੜਾ ਜਿਹਨੂੰ ਜਾਣਦੇ ਨਹੀਂ ਸੀ ਬਾਈ ਨੂੰ ਜਾਣਦਾ ਨਹੀਂ ਸੀ ਮੂਸੇ ਪਿੰਡ 'ਚ ਨਾ ਕੱਲੇ ਕਚਰੇ ਹੁੰਦੇ ਸੀ ਖਾਣ ਵਾਲੇ ਖਰਬੂਜੇ ਇੱਕ ਬੜੇ ਮਸ਼ਹੂਰ ਹੁੰਦੇ ਸੀ ਨਾ ਬਾਈ ਕਹਿੰਦੇ ਆ ਉਹ ਕਚਰੇ ਕਹਿੰਦੇ ਆ ਪਰ ਮੂਸੇ ਦਾ ਨਾਂ ਆਲ ਵਰਲਡ ਤੱਕ ਗਿਆ ਡਰੇਕ ਵਰਗੀ ਮੂਸੇ ਦਾ ਨਾਮ ਲੈਂਦੇ ਆ ਬਹੁਤ ਵੱਡੀ ਗੋਰੇ ਕਾਲੇ ਐਵੇਂ ਤਾਂ ਨਹੀਂ ਪੈਣਾ ਨਾ ਬਾਈ ਗੱਲ ਸਹੀ ਆ ਮੂਸੇ ਵਾਲਾ ਕਹਿੰਦੇ ਨਾ ਸਿੱਧੂ ਦਾ ਬਾਸ ਸੀ ਸ਼ੋਭਦੀਪ ਦਾ ਨਾਂ ਹੀ ਆ ਤੈਨੂੰ ਪਤਾ ਹੈ ਸਿੱਧੂ ਮੂਸੇ ਵਾਲਾ ਚੱਲਦਾ ਮੂਸੇ ਵਾਲੀ ਚੱਲਦਾ ਇਹ ਸਨ ਆਪਣੇ ਨਾਲ ਬਾਈ ਦਿੱਲਾ ਘੁੰਮਣ ਅਤੇ ਬਾਈ ਨਾਲ ਕਰੀਆਂ ਗੱਲਾਂ ਬਾਤਾਂ ਹੈ ਨਾ ਆਪਾਂ ਅਤੇ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਜਿਉਂਦੇ ਵਸਦੇ ਰਹੋ ਧੰਨਵਾਦ ਜੀ।